ਦਾ ਸਟੀਅਰਿੰਗ ਖੋਲਿਆ ਜੀ, ਗੋਡੇ ਗੋਡੇ ਕਾਨ ਦਾ ਸਮਾਨ ਹੁੰਦਾ ਸਟੀਅਰਿੰਗ ਚ। ਡਸਟ ਨਾਲ ਭਰਿਆ ਹੋਇਆ, ਇੰਨਾ ਸ਼ੁਕਰ ਆ ਵੀ ਅੰਦਰੋਂ ਆਰਮ ਸਹੀ ਨਿਕਲੇ ਆ, ਪਰ ਗੰਦ ਦਾ ਭਰਿਆ ਹੋਇਆ। ਰਾੜ ਬੁਰਾ ਹਾਲ ਆ, ਸਟੀਅਰਿੰਗ ਦੀ ਹੋ ਗਈ ਸਾਫ ਸਫਾਈ, ਚੜ੍ਹਦਾ ਸ਼ੀਸ਼ੇ ਵਰਗਾ, ਸੀਟਾਂ ਨਵੀਆਂ ਉਹ ਪਈਆਂ, ਨਵਾਂ ਦਿਗਾੜ ਸੀਟਾਂ ਸਿਕੰਬਾਂ ਉੱਤੇ ਪਿਆ, ਉਹ ਪਿਆ ਸਾਰਾ ਸਮਾਨ ਪੈਣ ਲੱਗਾ, ਨਵਾਂ ਜੈਨ ਪੋਸ਼ ਸ਼ਿੰਬਾਂ ਸੀਲਾਂ ਸੀਅਲ ਹੁਣ ਚੱਲੂਗਾ ਸਟੀਅਰਿੰਗ ਮਲਾਈ ਵਰਗਾ, 2 ਲੀਟਰ ਮਿੱਟੀ ਦਾ ਤੇਲ ਖਾ ਗਿਆ ਸਟੀਅਰਿੰਗ। ਲਓ ਜੀ ਮਿੱਤਰੋ, ਫੋਰਡ ਦਾ ਖੋਲਿਆ ਤੇ ਕਲੱਚ ਆਹ ਪਲੇ ਸੀਗੀ, ਇਹਦੇ ਬੁਸ਼ ਰਾਡ ਵੱਡੀ ਆ ਤੇ ਬੁਸ਼ ਆਹ ਨਿਕਲੇ ਆ, ਹੁਣ ਪਾਉਣ ਲੱਗਿਆ ਨਵੇਂ ਬੁਸ਼ ਕੰਪਨੀ ਦੇ। ਆਹ ਨਿੱਕੀਆਂ ਨਿੱਕੀਆਂ ਚੀਜ਼ਾਂ ਟਰੈਕਟਰ ਤਿਆਰ ਹੋਣ ਤੋਂ ਬਾਅਦ ਮਾਰ ਪੈਂਦੀ ਆ, ਕੰਮ 5,400 ਰੁਪਏ ਦਾ ਹੁੰਦਾ ਪਰ ਭੈੜਾ ਬਹੁਤ ਲੱਗਦਾ। ਸਾਰੀਆਂ ਕਮੀਆਂ ਆਪਾਂ ਕੱਢ ਰਹੇ ਹਾਂ, ਹਾਂਡੀ ਰਹੇ ਹਾਂ ਧੋ, ਇਹ ਜਿਹੜਾ ਵੀਰ ਲੈ ਜੂਗਾ ਯਾਦ ਕਰੂਗਾ। ਲਓ ਜੀ ਬੁਸ਼ ਲਾ ਤੇ ਨਵੇਂ ਰਾਡ ਨਵੀਂ, ਹੁਣ ਹਿੱਲ ਕੇ ਵਿਖਾਵੇ, ਇਹ ਫਸ ਫਸ ਕੇ ਜਾਊਗੀ। ਰਿਟਾਇਰਡ ਆ, ਕਲੱਚ ਦੀ ਪਲੇ ਰਹਿੰਦੀ ਆ, ਪਲੇ ਕਿਵੇਂ ਰਹਿ ਜੂਗੀ, ਹਿੱਲ ਕੇ ਵਿਖਾ ਲਿਓ। ਹੁਣ ਸਾਰਾ ਧੋ ਕੇ ਤੈਨੂੰ ਕਰ ਦਾਂਗੇ ਫਿੱਟ। ਇਸ ਤਰ੍ਹਾਂ ਹੋਊਗਾ ਜੀ ਰੰਗ, ਆਹ ਸਾਰਾ ਲਾਹ ਤਾ ਪੁਰਾਣਾ ਹੈਦਕ ਮਾੜਾ ਮੋਟਾ ਰਹਿ ਗਿਆ, ਸਾਰਾ ਲੋਹਾ ਕੱਢ ਕੇ ਇੰਜਨ ਦਾ ਗੇਅਰ ਦਾ ਟੋਟਲ ਹਰ ਚੀਜ਼ ਚੈੱਕ ਕਰਕੇ ਟਾਇਰ ਮਾਰ ਵੀ ਬਿਲਕੁਲ ਬ੍ਰਾਂਡ ਨਹੀਂ ਹੋਊਗਾ। ਅਗਲੇ ਵੀ ਐਮ ਆਰ ਪਿਆ ਤੱਕ ਸਾਰੇ ਟਾਇਰ ਨਵੇਂ ਆ ਜੀ, ਇੰਜਨ ਗੇਅਰ ਚਾਰੇ ਕੰਨੀਆਂ ਤੋਂ ਟਰੈਕਟਰ ਪੂਰਾ ਹੋਊਗਾ ਬਣਾ, ਅਗਲਾ 4 ਸਾਲ ਵਾਹਵੇ ਕੋਈ ਕੰਪਲੇਂਟ ਨਹੀਂ ਆਊਗੀ। ਚਲਾਉਣੇ ਹੀ ਨਹੀਂ ਉਹ ਪਰ ਦੁਕਾਨ।
ਲਓ ਜੀ ਕਰਾਉਣ ਪੀਣ ਖੋਲ ਕੇ ਸਾਫ ਕਰਨ ਲੱਗੇ ਆ ਸਾਰਾ ਅੰਦਰੋਂ ਸਾਰਾ ਗਿਆ ਖੁੱਲ ਕੱਲੀ ਕੱਲੀ ਚੀਜ਼ ਚੈੱਕ ਕਰਕੇ ਸ਼ੀਸ਼ੇ ਵਰਗੀ ਪਾ ਕੇ ਫਿਰ ਤਿਆਰ ਕਰਾਂਗੇ ਕਰਾਉਣ ਪੀਣ ਖੋਲਿਆ ਦੰਦੇ ਜਾਣੀ ਨਾਲ ਬਹੁਤ ਰੰਗ ਕਰਾ ਲਿਆ ਤਿਆਰ ਕਰਾ ਲਿਆ ਜੀ ਆਹ ਚੀਜ਼ਾਂ ਇਹਨਾਂ ਦੇ ਖੋਲ ਕੇ ਨਹੀਂ ਵੇ ਤਸੱਲੀ ਨਹੀਂ ਹੁੰਦੀ ਚੋ ਗੋਟੇ ਗੋਟੇ ਕੰਦ ਲੋਕ ਕਹਿੰਦੇ ਆਵਾਜ਼ ਨਹੀਂ ਕਰਦਾ ਤੇ ਜਮਾਂ ਸਹੀ ਆ ਜਮਾਂ ਸਹੀ ਨੂੰ ਖੋਲਿਆ ਮੈਨੂੰ ਕੰਦ ਨਿਕਲਿਆ ਰੌਣ ਪੀਣ ਆਪਾਂ ਤਾਂ ਅੰਦਰ ਜਿਵੇਂ ਬੁੜੀਆਂ ਭਾਂਡੇ ਮਾਂਜਦੀਆਂ ਸਾਰਾ ਮਾਂਜ ਕੇ ਅੰਦਰੋਂ ਕੱਲੀ ਕੱਲੀ ਚੀਜ਼ ਸਾਰਾ ਟਰੈਕਟਰ ਅੰਦਰੋਂ ਬਾਹਰੋਂ ਮਾਂਜ ਕੇ ਫਿਰ ਫਿੱਟ ਕਰਨਾ ਜਿਹੜਾ ਭਰਾ ਲੈ ਗਿਆ ਕੋਈ ਪਤਾ ਨਹੀਂ ਕਿਹਦੀ ਕਿਸਮਤ 'ਚ ਘੱਟੋ ਘੱਟ 10 ਸਾਲ ਵੇਖਣ ਦੀ ਲੋੜ ਨਹੀਂ ਉਹਨੂੰ ਇਹਨੂੰ ਕਹਿੰਦੇ ਆ ਜੀ ਸਫਾਈ ਸਾਰੇ ਫਿਲਟਰ ਸ਼ਿਲਟਰ ਨਵੇਂ ਲੈਵਰ ਦੀ ਪਲੇ ਹਲਕੀ ਪਲੇ ਆ ਪਰ ਆਪਾਂ ਫਿਰ ਵੀ ਕੱਢ ਕੇ ਪਾਵਾਂਗੇ ਕਹਿੰਦੇ ਬੋਰਡ ਦੀ ਬ੍ਰੇਕ ਨਹੀਂ ਲੱਗਦੀ ਲੈਦਰ ਨਿਕਲੇ ਹੀ ਨਹੀਂ ਬ੍ਰੇਕ ਨਹੀਂ ਬਣਦੀ ਬਈ ਬ੍ਰੇਕ ਬਣੇਗੀ ਖਤਮ ਨਿਕਲਿਆ ਸਾਰਾ ਕੁਛ ਬੋਰਡ ਦਾ ਸਟੀਅਰਿੰਗ ਖੋਲਿਆ ਜੀ ਗੋਡੇ ਗੋਡੇ ਗਨ ਦਾ ਜ਼ਮਾਨ ਹੁੰਦਾ ਸਟੀਅਰਿੰਗ 'ਚ ਸਾਰਾ ਡਸਟ ਨਾਲ ਭਰਿਆ ਹੋਇਆ ਇੰਨਾ ਸ਼ੁਕਰ ਆ ਵੀ ਅੰਦਰੋਂ ਆਰਮ ਸਹੀ ਨਿਕਲੇ ਆ ਪਰ ਗੰਦ ਦਾ ਭਰਿਆ ਹੋਇਆ ਰਾੜ ਬੁਰਾ ਹਾਲ ਆ ਸਟੀਅਰਿੰਗ ਦੀ ਹੋ ਗਈ ਸਾਫ ਸਫਾਈ ਵਿਗਾੜਤਾ ਸ਼ੀਸ਼ੇ ਵਰਗਾ ਸੀਟਾਂ ਨਵੀਆਂ ਉਹ ਪਈਆਂ ਨਵਾਂ ਵਿਗਾੜ ਸੀਟਾਂ ਚੰਬਾਂ ਉੱਤੇ ਪਿਆ ਉਹ ਪਿਆ ਸਾਰਾ ਸਮਾਨ ਪੈਣ ਲੱਗਾ ਨਵਾਂ ਜੈਨ ਪੋਸ਼ ਸ਼ਿੰਬਾ ਸੀਲਾ ਸੀਅਲ ਹੁਣ ਚੱਲੂਗਾ ਸਟੀਅਰਿੰਗ ਮਲਾਈ ਵਰਗਾ 2 ਲੀਟਰ ਮਿੱਟੀ ਤੇ ਰਖਾ ਗਿਆ ਸਟੀਅਰਿੰਗ ਲਓ ਜੀ ਮਿੱਤਰੋ ਫੋਰਡ ਦਾ ਖੋਲਿਆ ਤੇ ਕਲੱਚ ਆਹ ਪਲੇ ਸੀਗੀ ਇਹਦੇ ਬੁਸ਼ ਰਾੜ ਵੱਡੀ ਆ ਤੇ ਬੁਸ਼ ਆਹ ਨਿਕਲੇ ਆ ਹੁਣ ਪਾਉਣ ਲੱਗਿਆ ਨਵੇਂ ਬੁਸ਼ ਕੰਪਨੀ ਦੇ ਆਹ ਨਿੱਕੀਆਂ ਨਿੱਕੀਆਂ ਚੀਜ਼ਾਂ ਟਰੈਕਟਰ ਤਿਆਰ ਹੋਣ ਤੋਂ ਬਾਅਦ ਮਾਰ ਪੈਂਦੀ ਆ ਕੰਮ 5,400 ਰੁਪਏ ਦਾ ਹੁੰਦਾ ਪਰ ਭੈੜਾ ਬਹੁਤ ਲੱਗਦਾ ਸਾਰੀਆਂ ਕਮੀਆਂ ਆਪਾਂ ਕੱਢ ਰਹੇ ਹਾਂ ਹਾਂਡੀ ਰਹੇ ਹਾਂ ਧੋ ਇਹ ਜਿਹੜਾ ਵੀਰ ਲੈ ਜੂਗਾ ਯਾਦ ਕਰੂਗਾ
ਗੰਦ ਪਿਆ ਗੰਦੀ ਗੰਦ ਭੈਣ ਚੋ ਕਾਲਸ ਆ ਢੇਰੀਆਂ ਲੱਗੀਆਂ ਪਈਆਂ ਇੰਨਾ ਗੰਦ ਰਹਿੰਦਾ ਅੰਦਰ ਪੈਡਲਾਂ ਦੀ ਹੋ ਗਈ ਸ਼ੁਰੂਆਤ ਸਾਰਾ ਰੰਗ ਲਾ ਕੇ ਪੈਰਦਾਨ ਪੈਡਲ ਰੰਗ ਲਾ ਕੇ ਕਰਨ ਦੀ ਸ਼ੁਰੂਆਤ ਹੋ ਗਈ ਆ ਸ਼ੋਅ ਨੂੰ ਵੱਜ ਗਿਆ ਪ੍ਰਾਈਮਰ ਇਸ ਹਫ਼ਤੇ 'ਚ ਪਰਮਾਤਮਾ ਨੇ ਚਾਹਤਾ ਫੋਰ ਫੋਰ ਤਿਆਰ ਹੋ ਰਿਹਾ ਆਪਣਾ ਪ੍ਰਾਈਮਰ 'ਤੇ ਆ ਗਿਆ ਇਹ ਵੱਜ ਗਿਆ ਪ੍ਰਾਈਮਰ ਆਪਣੇ ਪੈਂਟਰ ਸਾਹਿਬ ਗੁਰਮੀਤ ਸਿੰਘ ਸਾਰਾ ਲਾ ਕੇ ਕੀਤਾ ਸਾਰਾ ਪੇਂਟ ਲਾ ਕੇ ਇਹ ਸਾਡੇ ਹੈਡ ਫੋਰਮੈਨ ਜੀ ਲੱਗੇ ਪਏ ਆ ਅਤੇ ਕੋਕਾ ਬਣਾ ਦੇ ਕੋਕਾ ਤਿਆਰੀ ਚੱਲ ਰਹੀ ਆ ਫੋਰ ਦੀ ਮਗਰਾਟ ਐਲ ਈ ਡੀ ਵਾਲੇ ਲਾਏ ਆ ਤਾਰ ਤੋਂ ਉੱਚੇ ਲਓ ਜੀ ਪੈਂਟਰ ਸਾਹਿਬ ਨੇ ਮਗਰਾਟਾਂ ਦੀ ਵੀ ਤਿਆਰੀ ਕਰਤੀ ਐਲ ਈ ਡੀ ਮਗਰਾਟਾਂ ਲਾਉਣੇ ਆ ਫੋਰ ਦੇ ਮੁੰਡਾ ਸਿਆਣਾ ਸਾਡਾ ਚਲੋ ਜੀ ਚਲੋ ਚਲੋ ਫਿਰ ਬੰਕਰ ਕੱਟੀ ਚਲੋ ਜੀ ਚਾਦਰ ਕੱਢ ਕੇ ਲਾਲ ਪ੍ਰਾਈਮਰ ਰੈਡ ਆਕਸਾਈਡ ਮਾਰਿਆ ਉੱਥੇ ਦੂਜਾ ਪ੍ਰਾਈਮਰ ਮਾਰੀ ਜਾਂਦੇ ਹੁਣ ਬਣਾਵਾਂਗੇ ਸਿੰਗਲ ਕੋਡ ਵਜਨ ਲੱਗਿਆ ਜੀ ਤਿੰਨ ਕੋਡ ਵਜਨੇ ਸਿੰਗਲ ਕੋਡ ਵਜਨ ਲੱਗਿਆ ਪ੍ਰਾਈਮਰ ਵੱਜਿਆ ਹੋਇਆ ਫਿਰ ਅਸਤਰ ਵੱਜਿਆ ਹੁਣ ਸਿੰਗਲ ਕੋਡ ਨੀਲੇ ਰੰਗ ਦਾ ਵਜਨ ਲੱਗਿਆ ਓਰੀਜਨਲ ਈ ਟੋਪ ਜਿਹੜਾ ਸਕਾਊਟ ਕੰਪਨੀ ਦਿੰਦੇ ਆ ਈ ਟੋਪ ਦਾ ਓਰੀਜਨਲ ਵਜਨ ਲੱਗਿਆ ਮੌਕਾ